मैं सुनया जे परहेज ना कीते तां कई बार ऑपरेशन तक गल चल जांदी है। ऑपरेशन तक नहीं जी गुरप्रीत जी, ऑपरेशन होने के बाद ही बाबा सीर हो जाती है जे तुसीं परहेज ना करो। गल तां फिर उत्थे आ गई, मैं पहलां कहा भी तुहाडे खाने पीने ते डिपेंड करदा है। जे तुहाडा पेट ठीक आ तुहानूं कोई बीमारी नहीं लगती, जे तुहाडा पेट सही नहीं हैगा तुहानूं हजारां बीमारियां लगदियां ने। बवासीर दे विच वेख्या जावे तां जिवें तुसीं लक्षण दसदे वी इह चीज़ां दी चीज़ां हुंदियां ने, तुहाडे कोल मैं सुणिया कि इस चीज़ दा पक्का इलाज है वी तुसीं कह के बवासीर बंदे दी ठीक करदे हो, ते पेशेंट दी मैं गल करां ते पेशेंट इस चीज़ तों फिर पूरा संतुष्ट हो के जांदे ने। असीं बवासीर दी जिहदे खून वगदा अंदर तीजे दिन उहदे खून वग जावे, जे असीं उहदे कह लो वी जिन्ना उहदा खर्चा आया आउण जाण दा वी असीं उहनूं खर्चा देवांगे जे तीजे दिन खून वग जावे। बहुत वड्डी गल कह रहे हो कैमरे ते, मेरी गल रिकॉर्ड कर सकदा जी अगला, इह तुहाडे लिंक संभाल के रख सकदा। अज्ज कल तां योगा हरेक गल रिकॉर्ड हुंदी आ, तुहाडे लिंक जे 50 साल वास्ते सेव कर लो। ते मैं इह गल शर्त नाल कह सकदा तीसरे दिन बंदे दे 72 घंटे बाद, खास करके 72 घंटे बाद बंदे दे अंदरों खून नहीं आऊगा जे बंदे नूं खूनी बवासीर आ। हुण इह गोल्डन गोली आ, इहदे विच कोई सोना नहीं, कोई कुछ नहीं, इक उपरों सोने दा कलर आ, बस रंग है, रंग आ सोने दा ना, ते मैं दिखाउण वास्ते रखी हुई है। आम तौर पर हुंदा की आ जिहड़े नीम हकीम बैठे ने ਉਹ ਇਹਨੂੰ ਸੋਨੇ ਦੀ ਗੋਲੀ ਕਹਿ ਕੇ ਵੇਚੀ ਜਾਂਦੇ ਨੇ ਵੀ ਨੀਮ ਹਕੀਮ ਖਤਰਾ ਜਾਨ, ਵੀ ਆਪਣੀ ਸਿਹਤ ਨੂੰ ਦੇਖ ਕੇ ਤੁਸੀਂ ਪੜ੍ਹੇ ਲਿਖੇ ਕਾਬਲ ਡਾਕਟਰਾਂ ਤੋਂ ਦਵਾਈ ਲਓ, ਇਹ ਨਹੀਂ ਕਹਿੰਦਾ ਸਾਡੇ ਕੋਲ ਆਓ ਕਿਤੋਂ ਵੀ ਲੈਣੀ ਆ, ਪੜ੍ਹੇ ਲਿਖੇ ਡਾਕਟਰ ਤੋਂ ਦਵਾਈ ਲਵੋ। ਕਹਿ ਕੇ ਕੀ ਵੇਚਦੇ ਨੇ ਤੁਸੀਂ, ਕਹਿ ਕੇ ਦਿਖਾਉਂਦੇ ਸੀਗੇ ਵੀ ਕਿਸ ਤਰੀਕੇ ਦੇ ਨਾਲ ਬੱਸਾਂ ਦੇ ਵਿੱਚ ਵੀ ਤੁਸੀਂ ਵੇਖਿਆ ਕਿ ਇਹ ਦਵਾਈ ਨੂੰ ਬੜੇ ਤਰੀਕੇ ਦੇ ਨਾਲ ਕਹਿ ਕੇ ਵੇਚ ਦਿੰਦੇ ਨੇ, ਇੱਕ ਪਬਲਿਸਿਟੀ ਬੜੀ ਤਗੜੀ ਕੀਤੀ ਹੈ। ਮੈਨੂੰ ਤਾਂ ਤੁਹਾਡੇ ਚੈਨਲ 'ਤੇ ਵੀ ਉਹ ਸ਼ਬਦਾਂ ਦਾ ਨਾਂ ਲੈਂਦਿਆਂ ਨੂੰ ਵੀ ਸ਼ਰਮ ਆਉਂਦੀ ਹੈ, ਕਹੋ ਵੀ ਇੰਨੇ ਅਸਭਿਅਕ ਸ਼ਬਦ ਵਰਤ ਕੇ, ਉਹ ਅਸਲ ਮੈਂ ਜਿਵੇਂ ਆਪਾਂ ਨਹੀਂ ਆਪਾਂ ਕਿਸੇ ਨੂੰ ਭੜਕਾਉਂਦੇ ਹੁੰਦੇ ਹਾਂ ਵੀ ਸਾਡੀ ਵੀ ਭੜਕਾ ਕੇ ਜੇ ਆਪਾਂ ਲੜਾਉਂਦੇ ਹੁੰਦੇ ਹਾਂ ਜੇ ਅਗਲਾ ਸਾਡੇ ਕੋਲ ਆਵੇ, ਉਹ ਗੱਲਾਂ ਦਾ ਇਸਤੇਮਾਲ ਕਰਕੇ ਉਹ ਚੈਨਲ 'ਤੇ ਜਿਹੜਾ ਉਹ ਬੈਤੀ ਮੈਂ ਬੈਤ ਦਾ ਨਾਂ ਲੈਣਾ ਚਾਹੁੰਦਾ, ਉਹ ਇੱਕਣ ਬੋਲਣ ਲੱਗਿਆ ਹੋਇਆ ਸੀ। ਮੈਂ ਤੁਹਾਨੂੰ ਪਹਿਲਾਂ ਉਸ 6,500-7,000 ਰੁਪਏ ਦੀ ਅੱਧਾ ਗ੍ਰਾਮ ਉਹ ਸਵਰਨ ਭਸਮ, ਜੇ ਡਾਕਟਰ ਚਹਿਲ ਕੋਲ ਕਹਿ ਲਓ ਵੀ ਆਪਾਂ ਕਹੀਏ ਵੀ 5,000 ਵਿੱਚ ਡਾਕਟਰ ਚਹਿਲ ਸਾਨੂੰ ਸੋਨਾ ਪਾ ਕੇ ਦੇ ਦੂਗਾ, ਉਹ ਝੂਠ ਬੋਲਦਾ, ਫਿਰ ਕਹਿ ਨਹੀਂ ਸਕਦੇ ਪਰ ਸੋਨਾ ਨਹੀਂ ਪਾ ਸਕਦਾ, ਚਾਹੇ ਮੈਂ ਵੀ ਹੋਵਾਂ ਠੀਕ ਆ। ਅਗਲਾ ਆਪਣੇ ਪੇਸ਼ੈਂਟ ਬਣਾਉਣ ਦਾ ਮਾਰਾ, ਜਾਂ ਕਹਿ ਲਓ ਮਰੀਜ਼ ਨੂੰ ਮੂਰਖ ਬਣਾਉਣ ਦਾ ਮਾਰਾ, ਕਹਿ ਦੇ ਵੀ ਸੋਨਾ ਪਾਇਆ ਲੋਕਾਂ ਨੇ, ਉਹ ਹਰ ਇੱਕ ਮਰੀਜ਼ ਨੂੰ ਸੋਨੇ ਦੀ ਗੁਰਪ੍ਰੀਤ ਜੀ ਲੋੜ ਵੀ ਨਹੀਂ ਹੁੰਦੀ। ਅਸੀਂ ਅੱਖਾਂ ਮੂਹਰੇ ਦਵਾਈ ਬਣਾਏਗੇ ਜੀ ਅਗਲੇ 'ਤੇ, ਠੀਕ ਆ, ਅਸੀਂ ਆਪਣੀ ਫੀਸ ਲੈ ਲਈ, ਜਿਹੜਾ 10-20% ਆਪਣਾ ਬਚਾਉਣਾ ਉਹ ਬਚਾ ਲਿਆ, ਸਾਨੂੰ ਕੋਈ ਇਤਰਾਜ਼ ਨਹੀਂ, ਅਗਲਾ ਸਿਰਾਣੇ ਖੜ ਕੇ ਦਵਾਈ ਬਣਾ ਲਵੇ ਆਪਦੀ। ਆਪਣਾ ਨੰਬਰ ਜ਼ਰੂਰ ਦੱਸ ਦਿਓ ਅਤੇ ਪ੍ਰੋਪਰ ਐਡਰੈਸ ਜ਼ਰੂਰ ਦੱਸ ਦਿਓ, ਤਾਂ ਕਿ ਜੇ ਨੈਵੀਗੇਸ਼ਨ 'ਤੇ ਵੀ ਦਰਸ਼ਕ ਆਉਂਦੇ ਨੇ, ਮੋਟਰਸਾਈਕਲ 'ਤੇ ਆਉਂਦੇ ਨੇ, ਗੱਡੀ 'ਚ ਆਉਂਦੇ ਨੇ, ਕਿਸ ਤਰੀਕੇ ਦੇ ਨਾਲ ਤੁਹਾਡੇ ਤੱਕ ਪਹੁੰਚ ਕਰ ਸਕਣ, ਆਪਣਾ ਨੰਬਰ ਅਤੇ ਐਡਰੈਸ ਜ਼ਰੂਰ ਦੱਸ ਦਿਓ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਗੁਰਪ੍ਰੀਤ ਸਿੰਘ ਬੱਲ, ਪੰਜਾਬ ਨਿਊਜ਼ ਦੇਖ ਰਿਹਾ, ਤੁਹਾਡਾ ਸਵਾਗਤ ਕਰਦਾ ਅਤੇ ਉਮੀਦ ਕਰਦਾ ਦੋਸਤੋ ਤੁਸੀਂ ਠੀਕ ਠਾਕ ਹੋਵੋਗੇ। ਦੋਸਤੋ, ਅੱਜ ਕੱਲ੍ਹ ਸਿਹਤ ਨੂੰ ਲੈ ਕੇ ਹਰ ਇੱਕ ਬੰਦਾ ਜਿਹੜਾ ਆ ਉਹ ਜਾਗਰੂਕ ਹੋਣ ਦੀ ਭਾਲ ਦੇ ਵਿੱਚ ਲੱਗਿਆ ਹੋਇਆ, ਹਾਲਾਂਕਿ ਇੱਕ ਦੌੜ ਜਿਹਦੇ ਵਿੱਚ ਪੈਸਾ ਸ਼ਾਮਿਲ ਹੈ, ਹਰ ਇੱਕ ਬੰਦਾ ਚਾਹੁੰਦਾ ਕਿ ਅਸੀਂ ਵੱਧ ਤੋਂ ਵੱਧ ਪੈਸਾ ਕਮਾਈਏ, ਕਮਾਉਣ ਦੇ ਚੱਕਰ ਦੇ ਵਿੱਚ ਕਈ ਰੋਗ ਜਿਹੜੇ ਨੇ ਐਸੇ ਲਾ ਬਹਿੰਦੇ ਨੇ ਕਿ ਜਿਸ ਦੀ ਜਿਹੜੀ ਬਿਮਾਰੀ ਦਾ ਮੈਨੂੰ ਲੱਗਦਾ ਇਲਾਜ ਹੀ ਕੋਈ ਨਹੀਂ ਹੁੰਦਾ। ਉਹ ਇਲਾਜ ਲੱਭਦੇ ਲੱਭਦੇ ਉਹ ਜਿੰਨੀ ਸਾਰੀ ਜ਼ਿੰਦਗੀ ਦੀ ਪੂੰਜੀ ਇਕੱਠੀ ਕੀਤੀ ਹੁੰਦੀ ਹੈ ਨਾ, ਉਹ ਸਾਰੇ ਇਲਾਜ 'ਤੇ ਆਪਣੀ ਪੂੰਜੀ ਲਾ ਦਿੰਦੇ ਨੇ। ਅੱਜ ਮੇਰੇ ਨਾਲ ਡਾਕਟਰ ਚਾਹਲ ਹੋਣਗੇ, ਅਸੀਂ ਉਹਨਾਂ ਦੇ ਆਫਿਸ ਦੇ ਵਿੱਚ ਪਹੁੰਚੇ, ਕਲੀਨਿਕ ਦੇ ਵਿੱਚ ਪਹੁੰਚੇ ਹਾਂ। ਤੁਹਾਨੂੰ ਦੱਸੂਗਾ ਕਿਸ ਤਰੀਕੇ ਦੇ ਨਾਲ ਬੱਸਾਂ ਦੇ ਵਿੱਚ ਜਾਂ ਆਮ ਜਗ੍ਹਾਵਾਂ ਦੇ ਵਿੱਚ ਪਬਲਿਕ ਪਲੇਸਿਸ ਦੇ ਵਿੱਚ ਜਿਹੜੇ ਨੇ ਲੋਕ ਤੁਹਾਨੂੰ ਕਿਹੜੀ ਦਵਾਈ ਕੀ ਕਹਿ ਕੇ ਵੇਚ ਦਿੰਦੇ ਨੇ ਅਤੇ ਉਹਦਾ ਕਿੱਡਾ ਨੁਕਸਾਨ ਹੁੰਦਾ, ਪਰ ਅਸਲ ਦਵਾਈ ਦੇ ਕੀ ਫਾਇਦੇ ਨੇ, ਕਿਸ ਤਰੀਕੇ ਦੇ ਨਾਲ ਠੀਕ ਕੀਤੀ ਜਾ ਸਕਦੀ ਹੈ, ਅੱਜ ਗੱਲ ਕਰਾਂਗੇ। ਪਹਿਲਾਂ ਤਾਂ ਬਵਾਸੀਰ 'ਤੇ, ਅਤੇ ਉਸ ਤੋਂ ਬਾਅਦ ਇੱਕ ਐਸੀ ਬਿਮਾਰੀ ਹੈ ਮੈਨੂੰ ਲੱਗਦਾ ਕਿ ਜਿਹੜੀ ਅੱਜ ਕੱਲ੍ਹ ਹਰ ਇੱਕ ਪਿੰਡ ਦੇ ਵਿੱਚ ਕਹਿ ਲਵਾਂ, ਸ਼ਹਿਰ ਦੇ ਵਿੱਚ ਕਹਿ ਲਵਾਂ, ਕੁਝ ਖਾਣ ਪੀਣ ਕਰਕੇ ਵੱਧਦੀ ਜਾ ਰਹੀ ਹੈ, ਉਹ ਹੁੰਦੀ ਹੈ ਮਰਦਾਂ ਦੇ ਰੋਗ, ਗੁਪਤ ਰੋਗ ਜਿਹੜੇ ਮੈਂ ਕਹਿ ਸਕਦਾ ਹਾਂ। ਅੱਜ ਮੇਰੇ ਨਾਲ ਡਾਕਟਰ ਚਾਹਲ ਹੋਣਗੇ, ਸਭ ਤੋਂ ਪਹਿਲਾਂ ਆਪਾਂ ਡਾਕਟਰ ਸਾਹਿਬ ਦਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ, ਠੀਕ ਠਾਕ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਇੱਥੇ ਆਪਣੇ ਕਲੀਨਿਕ ਵਿੱਚ ਪਹੁੰਚਣ ਅਤੇ ਪੰਜਾਬ ਨਿਊਜ਼ਾਂ ਦੇ ਗੁਰਪ੍ਰੀਤ ਜੀ ਦਾ ਸਵਾਗਤ ਕਰਦਾ। ਠੀਕ ਠਾਕ ਹੋ? ਬਿਲਕੁਲ ਜੀ ਬਿਲਕੁਲ, ਕਿਰਪਾ ਮਾ ਸਿਹਤ ਕਿਰਪਾ ਮਹਾਰਾਜ ਦੀ ਗੁਰਪ੍ਰੀਤ ਜੀ।
अच्छा शुरुआत करते हैं बई आ तुसी सब तो पहला तो मूहरे अपने आ गोल्डन गोलियां रखियां ने आपां ऑफ द रैकड गल कर रहे सी वी कई बार तुसी मैं भी देखिया आ कि बसां दे विच वी आ गोलियां नूं कुछ होर कह के वेचा जांदा है ते किस तरीके नाल कहिंदे ओ तुहानूं वी पता बिल्कुल जी मैं अज ना सवेरे चलो जदों अपने घर तों दफ्तर नूं रिहार क्लीनिक ते आ रहा सी मैं एक यूट्यूब चैनल ते देखण लग गया हुण इह गोल्डन गोली आ इहदे विच कोई सोना नहीं कोई कुछ नहीं एक उपरों सोने का कलर आ बस रंग आ सोने का ना तो मैं दिखाने वास्ते रखी हुई है आम तौर पर होंगे की आ जो नीम हकीम बैठे ने इनू सोने की गोली कह के बेची जाते हैं पर अज जिहड़ा सोने का भा है 7000 के करीब तकरीबन अद्धा ग्राम आता है जी स्वर्ण भस्म है ना जो स्वर्ण भस्म हूँ अद्धे ग्राम की गोली होगी अद्धा ग्राम की गोली आप किमें 50-60 रुपए दे देंगे 7000 रुपए लैके तो मैनू मैं मेरी सारे मरीजों को एक बेनती आ भी नीम हकीम खतरा जान भी अपनी सेहत को देख के तुसी पढ़े लिखे काबिल डॉक्टर तो दवाई लो ये नहीं कहना साढ़े को कितों भी लैनी आ पढ़े लिखे डॉक्टर तो दवाई लवो कह के की वेचते हैं तुसी कह के दिखाते थे भी किस तरीके बसों के भी तुसी वेख्या कि दवाई को बड़े तरीके कह के वेच देंगे एक पब्लिसिटी बड़ी तगड़ी की पेशकारी इंज की जा रही थी भी जिवें आप किसी क्रीम की पेशकारी करते वो ये नहीं देखते भी जिहड़े असीं अखर बोलन लगे जिहड़े शब्द बोलन लगे होए आ भी वो साडी घरे साडियां भैणां भी ने साडियां मामां भी ने है ना भी उन्होंने भी सुनना है मैनूं तां तुहाडे चैनल ते भी वो शब्दों का नौ लैंदियां नूं भी शर्म आउंदी है कह लो भी इन्ने असभ्यक शब्द वरत के वो असल में जिवें आपां नहीं आपां किसी नूं भड़काउंदे हुंदे आ भी साडी भी भड़का के जे आपां लड़ाउंदे हुंदे आ जे अगला साडे कोल आवे वो गल्लां दा इस्तेमाल करके वो चैनल ते जिहड़ा वो बैदती मैं बैद दा नौ लैणा चाहुंदा वो इकण बोलन लग्या होया सी इस तरीके बोलन लग्या सी अच्छा आप शुरुआत करते हैं बई बवासीर डॉक्टर साहब की बवासीर एक ऐसी बीमारी है मैं लगता है बंदा दसण तो भी कितना कितने कन्नी कतरा इन्नी भैड़ी बीमारी है इस चीज़ का वैसे कोई पक्का इलाज है जो देखा जाए बिल्कुल जी देखो जी बवासीर आ गुरप्रीत जी ये खाण पीन जिमें पहला मेरे तो बोलद ने कहा यदा सारा संबंध है खाण पीन अच्छा जब आप सही नहीं खाते फिर आप बवासीर होंगी आ जां आपां कब्ज रहिंदी आ अंदर अपने मेदे च गर्मी पैंदी आ जां आपां बेलोड़े मिर्च मसाले गर्म चीज़ां खाने आ फिर आपां नूं बवासीर हुंदी आ अज कल की ट्रेंड चलिया होया है खास करके जे मोहाली वर्गे हाईटैक शहरां दे विच लोक घरां दे विच खाने बनाउण तों हट गए जोमैटो राहीं जां होर जिहड़ियां अज कल ऐपां चलियां होईयां उहनां दे राहीं उह फास्ट फूड मंगाउंदे ने जिहनूं मैदा कह लो भी मैदा ज़्यादा खा रहे ने जां सौसां ज मिर्च मसाले वाली कह लो जिन्हें कई अपने जो चाइना मेड सॉसा ने सॉसा खा रहे हैं उन्होंने नाल जो अंदरों अपना सारा पेट आ सारा मान लो लिवर आ जा इंटस्टाइन ने वो इंटस्टाइन के बच्चे अपने जाके वह जमदिया ने वह जमदिया ने जमण के नाल आपू कि कब्ज होने लग जाती है ज कि मोशन लगते ने इन चीज़ों के नाल जी बवासीरा बवासीर की बीमारी लगती है बवासीर होंगी है कह लो अच्छा डॉक्टर साहब जे दसया जाए कई दर्शक ऐसे हो जिन्हों पता ही नहीं होगा भी उन्होंने बवासीर आ ये लक्षण की होंगे ने भी बवासीर असल बीमारी की होंगी देखो जी सब तो पहला गुरप्रीत जी यदा जो मेन लक्षण आ जलो जितों स्टार्ट होंगी आ जो अपनी मल वाली जगह है जितों अपन टॉयलेट आँदी आ उ खारश होनी स्टार्ट होंगी आ चाहे खूनी बवासीर होनी हो चाहे जिन्होंने आप कहने कट लगने ने कट लगते हो कह लो भी मौके हो स्टार्टिंग एको एक उत्तों ईचिंग जब कह लो भी खाज होने लगती है जे तुम उन्होंने ध्यान देख के वो दवाई ले लेंगे उन्होंने उत्थी बंद कर लेंगे तो बाद खाण पीन सही कर लेंगे थोड़ा बवासीर ठीक हो जाऊगी पर मैं सुनया जे परहेज ना किए तो कई बार ऑपरेशन तक गल चल जाती है ऑपरेशन तक नहीं जी गुरप्रीत जी ऑपरेशन होने के बाद ही बवासीर हो जाती है जे तुम परहेज ना करो अच्छा गलता फिर उत्थी आ गई मैं जिवें पहला कहा भी थोड़े खाने पीने से डिपेंड करता है जे थोड़ा पेट ठीक आ थोड़ा कोई बीमारी नहीं लगती जे थोड़ा पेट सही नहीं है थोड़ा हज़ार बीमारियां लगदियां ने तो सब तो मेन कारण है बड़ा कब्ज का तुसी वाइट फूड खाने हो अजक की आ शहर के बच्चे नूडल्स बर्गर जा कह लो कितना कितने अज मैं कोर बहुत देखे घर रोटी पकाने तो कतरा लग गए सवेरे उठ के नाना तुर पाते हैं वो नान भी नेरे मैदे के बने होंगे ने ना वो भी अंदर जाके थोड़े जमते हैं थोड़ा कोलेस्ट्रॉल भी बढ़ाते हैं थोड़ा होर भी थोड़ा 50 बीमारियां लाते हैं वो पाइपों के जाके थोड़े जड़िया ने जमते हैं तो इस करके थोनू जे किसी बीमारी तो बचना है सो थोड़े हाथ च पहला है डॉक्टर के वैद्य हाथ के बाद जे तुम परहेज रखेंगे तो मुड़ के बवासीर नहीं होंगी
ਤੁਹਾਨੂੰ ਕੋਈ ਵੀ ਬਿਮਾਰੀ ਨਹੀਂ ਲੱਗਦੀ ਜੇ ਤੁਸੀਂ ਕਿਸੇ ਮੇਰੀ ਨਹੀਂ ਜਾਂ ਕਿਸੇ ਵੀ ਡਾਕਟਰ ਦੀਆਂ ਸਹੀ ਦੀਆਂ ਗੱਲਾਂ ਮੰਨ ਕੇ ਚੱਲੋ, ਆਪਣਾ ਖਾਣਾ ਪੀਣਾ ਸਹੀ ਕਰੋ। ਅੱਛਾ, ਬਵਾਸੀਰ ਦੇ ਵਿੱਚ ਵੇਖਿਆ ਜਾਵੇ ਤਾਂ ਜਿਵੇਂ ਤੁਸੀਂ ਲੱਛਣ ਦੱਸਦੇ ਵੀ ਇਹ ਚੀਜ਼ਾਂ ਦੀ ਚੀਜ਼ਾਂ ਹੁੰਦੀਆਂ ਨੇ, ਤੁਹਾਡੇ ਕੋਲ ਮੈਂ ਸੁਣਿਆ ਕਿ ਇਸ ਚੀਜ਼ ਦਾ ਪੱਕਾ ਇਲਾਜ ਹੈ ਵੀ ਤੁਸੀਂ ਕਹਿ ਕੇ ਬਵਾਸੀਰ ਬੰਦੇ ਦੀ ਠੀਕ ਕਰਦੇ ਹੋ, ਅਤੇ ਪੇਸ਼ੈਂਟ ਦੀ ਮੈਂ ਗੱਲ ਕਰਾਂ ਤਾਂ ਪੇਸ਼ੈਂਟ ਇਸ ਚੀਜ਼ ਤੋਂ ਫਿਰ ਪੂਰਾ ਸੰਤੁਸ਼ਟ ਹੋ ਕੇ ਜਾਂਦੇ ਨੇ? ਮੈਂ ਕਹਿੰਦਾ ਗੁਰਪ੍ਰੀਤ ਜੀ, ਮੈਂ ਤੁਹਾਨੂੰ ਪੇਸ਼ੈਂਟਾਂ ਦੇ ਐਡਰੈਸ ਦੇ ਦੂੰ, ਤੁਸੀਂ ਗੱਲ ਕਰ ਸਕਦੇ ਹੋ ਮਰੀਜ਼ਾਂ ਨਾਲ ਜਿਹੜੇ ਸੰਤੁਸ਼ਟ ਨੇ, ਜਿਹੜੇ ਠੀਕ ਹੋਏ ਨੇ। ਮੈਂ ਅਸੀਂ ਬਵਾਸੀਰ ਦੀ ਜਿਹਦੇ ਖੂਨ ਵਗਦਾ ਅੰਦਰ, ਤੀਜੇ ਦਿਨ ਉਹਦੇ ਖੂਨ ਵਗ ਜਾਵੇ, ਜੇ ਅਸੀਂ ਉਹਦੇ ਕਹਿ ਲਓ ਵੀ ਜਿੰਨਾ ਉਹਦਾ ਖਰਚਾ ਆਇਆ ਆਉਣ ਜਾਣ ਦਾ ਵੀ ਅਸੀਂ ਉਹਨੂੰ ਖਰਚਾ ਦੇਵਾਂਗੇ ਜੇ ਤੀਜੇ ਦਿਨ ਖੂਨ ਵਗ ਜਾਵੇ। ਬਹੁਤ ਵੱਡੀ ਗੱਲ ਕਹਿ ਰਹੇ ਹੋ ਕੈਮਰੇ ਦੀ। ਮੇਰੀ ਗੱਲ ਰਿਕਾਰਡ ਕਰ ਸਕਦਾ ਜੀ ਅਗਲਾ, ਇਹ ਤੁਹਾਡੇ ਲਿੰਕ ਸੰਭਾਲ ਕੇ ਰੱਖ ਸਕਦਾ। ਅੱਜ ਕੱਲ੍ਹ ਤਾਂ ਯੋਗਾ ਹਰ ਇੱਕ ਗੱਲ ਰਿਕਾਰਡ ਹੁੰਦੀ ਆ, ਤੁਹਾਡੇ ਲਿੰਕ 'ਚ 50 ਸਾਲ ਵਾਸਤੇ ਸੇਵ ਕਰ ਲਓ। ਅਤੇ ਮੈਂ ਇਹ ਗੱਲ ਸ਼ਰਤ ਨਾਲ ਕਹਿ ਸਕਦਾ, ਤੀਸਰੇ ਦਿਨ ਬੰਦੇ ਦੇ 72 ਘੰਟੇ ਬਾਅਦ, ਖਾਸ ਕਰਕੇ 72 ਘੰਟੇ ਬਾਅਦ ਬੰਦੇ ਦੇ ਅੰਦਰੋਂ ਖੂਨ ਨਹੀਂ ਆਊਗਾ ਜੇ ਬੰਦੇ ਨੂੰ ਖੂਨੀ ਬਵਾਸੀਰ ਆ। ਕਿਆ ਬਾਤ ਹੈ। ਅੱਛਾ ਡਾਕਟਰ ਸਾਹਿਬ, ਜਿਵੇਂ ਤੁਸੀਂ ਗੱਲ ਕੀਤਾ ਵੀ ਤੁਸੀਂ ਮਤਲਬ ਕਿ ਬਹੁਤ ਵੱਡੀ ਗੱਲ ਕਹੀ ਆ ਵੀ 3 ਦਿਨ ਦੇ ਵਿੱਚ ਜਿਹੜੀਆਂ ਚੀਜ਼ਾਂ ਠੀਕ ਹੋਣ ਲੱਗ ਜਾਣਗੀਆਂ 72 ਘੰਟੇ ਦੇ ਵਿੱਚ, ਅਤੇ ਉਸ ਤੋਂ ਬਾਵਜੂਦ ਤੁਸੀਂ ਕਿਹਾ ਵੀ ਮੈਂ ਐਡਰੈਸ ਦੇਣ ਵਾਸਤੇ ਵੀ ਤਿਆਰ। ਵੈਸੇ ਕੋਈ ਵੈਦ ਕੋਈ ਡਾਕਟਰ ਦਾ ਕਹਿੰਦਾ ਨਹੀਂ? ਨਹੀਂ ਬਿਲਕੁਲ ਜੀ, ਸਾਨੂੰ ਭਰੋਸਾ ਆਪਣੇ ਨੁਸਖਿਆਂ ਦੇ ਉੱਤੇ। ਇਹ ਤਾਂ ਕਹਿੰਦੇ ਹਾਂ ਆਪਾਂ ਨੇ ਗੱਲ ਕਰੀ ਖੂਨੀ ਬਵਾਸੀਰ ਦੀ, ਇਸੇ ਤਰ੍ਹਾਂ ਮੌਕਿਆਂ ਦਾ ਹੁੰਦਾ ਜਿਹੜੀ ਆਪਣੀ ਪਾਈਪ ਹੁੰਦੀ ਆ, ਉਹ ਪਾਈਪ ਦੇ ਵਿੱਚ ਆਪਣੇ ਮਾਸ ਵੱਧ ਜਾਂਦਾ, ਜਿਵੇਂ ਆਹ ਏਕਣ ਦੇ ਵਿੱਚ ਮੌਕੇ ਬਣ ਜਾਂਦੇ ਨੇ, ਜਿਵੇਂ ਦੇਖਿਆ ਆਪਣੇ ਬਾਹਰ ਗਰਦਨ 'ਤੇ ਜਾਂ ਕਿਤੇ ਮੌਕੇ ਹੁੰਦੇ, ਉਹ ਮੌਕੇ ਹੁੰਦੇ ਨੇ ਛੋਟੇ, ਅਤੇ ਇਹ ਬਵਾਸੀਰ ਵਾਲੇ ਮੌਕੇ ਹੁੰਦੇ ਨੇ ਬੜੇ। ਇਹ ਬੜੇ ਮੌਕੇ ਹੁੰਦੇ ਨੇ ਜਦੋਂ ਆਪਾਂ ਬੈਠਦੇ ਹਾਂ ਕੁਰਸੀ ਦੇ ਉੱਤੇ ਜਾਂ ਕਿਸੇ ਚੀਜ਼ ਦੇ ਉੱਤੇ, ਉਹ ਆਪਸ 'ਚ ਭਿੜਦੇ ਨੇ ਅਤੇ ਮਰੀਜ਼ ਆ ਜਿਹੜਾ ਉਹ ਕੁਰਸੀ 'ਤੇ ਬੈਠ ਨਹੀਂ ਸਕਦਾ, ਉਹ ਇੰਨੀ ਤਕਲੀਫ ਮਹਿਸੂਸ ਹੁੰਦੀ ਆ, ਉਹ ਬੰਦਾ ਐਂ ਕਰਕੇ ਵੀ ਚੱਕ ਕੇ ਬਹਿੰਦਾ। ਅਸੀਂ ਮੌਕਿਆਂ ਦੀ ਬਵਾਸੀਰ ਆ ਉਹਦੀ ਦਵਾਈ ਵੀ ਦਿੰਦੇ ਹਾਂ ਜੀ, ਉਹਦੀ ਆ ਠੀਕ ਆ, ਉਹ ਥੋੜ੍ਹੀ ਦਵਾਈ ਉਹ ਹਫ਼ਤਾ ਕੁ ਲੱਗਦਾ ਉਹਨੂੰ ਠੀਕ ਹੋਣ ਨੂੰ। ਮੌਕੇ ਵਾਲੇ ਨੂੰ ਅਸਰ ਤਾਂ ਉਹ 3 ਦਿਨ ਸਟਾਰਟ ਹੋ ਜਾਂਦਾ, 72 ਘੰਟੇ ਬਾਅਦ ਅਸਰ, ਦਰਦ ਉਹਦਾ 3 ਦਿਨ ਦਰਦ ਹਟ ਜਾਣਾ, ਦਰਦ ਨਹੀਂ ਉਹਨੂੰ ਮਹਿਸੂਸ ਹੋਣਾ 3 ਦਿਨ, ਆਰਾਮ ਨਾਲ ਬੈਠੂਗਾ ਜਿਵੇਂ ਆਪਾਂ ਬੈਠੇ ਹਾਂ, ਪਰ ਉਹਨੇ ਠੀਕ ਹੋਣਾ 1 ਹਫ਼ਤੇ ਵਿੱਚ ਉਹਦੇ। ਅਸੀਂ ਜਿਹੜੇ ਮੌਕੇ ਹਾਂ ਆਮ ਤੌਰ 'ਤੇ ਕੀ ਕਰਦੇ ਨੇ ਕਈ ਡਾਕਟਰ, ਚਲੋ ਠੀਕ ਆ, ਹਰ ਇੱਕ ਬੰਦੇ ਦੇ ਆਪਣੇ ਆਪਣੇ ਨੁਸਖੇ, ਆਪਾਂ ਕਿਸੇ ਨੂੰ ਗਲਤ ਨਹੀਂ ਕਹਿੰਦੇ। ਕੋਈ ਤਾਂ ਧਾਗਾ ਬੰਨਦਾ ਮੌਕੇ 'ਤੇ, ਕੋਈ ਧਾਗਾ, ਕੋਈ ਕਹਿੰਦਾ ਛਿੱਲੇ ਪਾਉਣੇ ਆ, ਕੋਈ ਕੁਛ। ਅਸੀਂ ਸਿਰਫ ਤੇਲ ਦਿੰਦੇ ਹਾਂ, ਇੱਕ ਸਾਡਾ ਆਪਣਾ ਤੇਲ ਆ, ਉਹ ਤੇਲ ਦਿੰਦੇ ਹਾਂ, ਤੇਲ ਦੀ ਬੱਤੀ ਲਾਉਣੀ ਆ, ਜਿਵੇਂ ਆਪਾਂ ਬੱਚੇ ਨੂੰ ਬੱਤੀ ਦਿੰਦੇ ਹਾਂ ਜੇ ਆਪਣੇ ਕਬਜ਼ ਵਗੈਰਾ ਹੋ ਜਾਂਦੀ ਆ, ਉਹ ਸਾਡੀ ਦਵਾਈ ਤੁਸੀਂ ਖਾਣੀ ਆ ਸਵੇਰ ਸ਼ਾਮ, ਉਹ ਬੱਤੀ ਦੇ ਨਾਲ ਤੁਸੀਂ ਤੁਹਾਡੇ ਹਫ਼ਤੇ ਬਾਅਦ ਮੌਕੇ ਝੜ ਕੇ ਤੁਹਾਨੂੰ ਪਤਾ ਵੀ ਨਹੀਂ ਲੱਗਣਾ, ਸਾਰਾ ਅੰਦਰੋਂ ਐਂ ਹੋਜੂ ਵੀ ਚਾਹੇ ਤੁਸੀਂ ਕਲੋਨੋਸਕੋਪੀ ਕਰਾ ਕੇ ਦੇਖ ਲਓ, ਥੋੜ੍ਹਾ ਐਂ ਪਾਈਪ ਬਿਲਕੁਲ ਸਾਫ਼ ਪਈ ਹੋਊਗੀ। ਅੱਛਾ ਡਾਕਟਰ ਸਾਹਿਬ, ਇਹਦੇ ਵਿੱਚ ਪਰਹੇਜ਼ ਕੀ ਨੇ, ਕਿਉਂਕਿ ਤੁਸੀਂ ਦੱਸਿਆ ਵੀ ਦਵਾਈ ਦੇ ਨਾਲ ਪਰਹੇਜ਼ ਬਹੁਤ ਜ਼ਰੂਰੀ ਨੇ, ਆਪਾਂ ਪਹਿਲਾਂ ਵੀ ਗੱਲ ਕਰਦੇ ਸੀ ਗੁਰਪ੍ਰੀਤ ਜੀ, ਦਵਾਈ ਨੂੰ ਵੱਧ ਪਰਹੇਜ਼ ਜ਼ਰੂਰੀ ਨੇ। ਜਿਹੜੀ ਤੁਹਾਨੂੰ ਇੱਕ ਵਾਰ ਅਲਾਮਤ ਕੋਈ ਬਿਮਾਰੀ ਸਟਾਰਟ ਹੋ ਗਈ, ਪੁਰਾਣੇ ਰਿਸ਼ੀਆਂ ਮੁਨੀਆਂ ਨੇ ਵੀ ਅਤੇ ਅੱਜ ਕੱਲ੍ਹ ਵੀ ਜਿਹੜੀ ਮਾਡਰਨ ਪੈਥੀ ਆ ਉਹ ਡਾਕਟਰ ਵੀ ਕਹਿੰਦੇ ਨੇ ਵੀ ਪਰਹੇਜ਼ ਜ਼ਰੂਰੀ ਆ, ਪਰਹੇਜ਼ ਬਵਾਸੀਰ ਵਿੱਚ ਤਾਂ ਹੱਦੋਂ ਵੱਧ ਜ਼ਰੂਰੀ ਆ। ਇੱਕ ਤਾਂ ਸਭ ਤੋਂ ਪਹਿਲਾਂ ਤਾਂ ਇਹ ਆ ਮੇਰੀ ਵੀ ਤੁਹਾਨੂੰ ਜ਼ਿੰਦਗੀ 'ਚ ਕਬਜ਼ ਨਹੀਂ ਰਹਿਣੀ ਚਾਹੀਦੀ। ਸਾਤੋਂ ਦਵਾਈ ਲੈਂਦੇ ਹੋ ਜਾਂ ਆਪਰੇਸ਼ਨ ਕਰਾਉਂਦੇ ਹੋ, ਤੁਹਾਨੂੰ ਤਾਂ ਵੀ ਬਵਾਸੀਰ ਦੁਬਾਰਾ ਹੋਊਗੀ ਜੇ ਕਬਜ਼ ਰਹੂਗੀ, ਤਾਂ ਨਾ ਸਾਡੀ ਫੇਰ ਸਾਡੀ ਕੋਈ ਗਰੰਟੀ ਨਹੀਂ ਜੇ ਤੁਸੀਂ ਆਪਣਾ ਧਿਆਨ ਨਹੀਂ ਰੱਖਦੇ ਗੱਲਾਂ ਦਾ। ਮੈਂ ਨਹੀਂ ਉਹ, ਚਾਹੇ ਤੁਸੀਂ ਓਪਰੇਟ ਕਰਾ ਲਓ, ਚਾਹੇ PGI 'ਚ ਓਪਰੇਸ਼ਨ ਕਰਾ ਲਓ, ਜੇ ਤੁਸੀਂ ਪਰਹੇਜ਼ ਨਹੀਂ ਰੱਖਦੇ ਤੁਹਾਨੂੰ ਬਵਾਸੀਰ ਦੁਬਾਰਾ ਹੋਊਗੀ ਹੀ ਹੋਊਗੀ। ਅਤੇ ਹਾਂ, ਪਰਹੇਜ਼ ਤੁਸੀਂ ਕਬਜ਼ ਨਾ ਰਹਿਣ ਦੇਵੋ, ਦਾਰੂ ਨਾ ਪੀਵੋ, ਠੀਕ ਆ, ਹੋਇਆ ਸ਼ੁਗਰ ਮੇਲੇ ਨੂੰ ਕਦੇ ਕਦੇ ਪੀ ਲਈ, ਗਰਮ ਮਸਾਲੇ ਨਾ ਖਾਓ, ਜਿੰਨੀਆਂ ਕਹਿ ਲਓ ਵੀ ਚਾਈਨੀਜ਼ ਫੂਡ ਨੇ ਇਹ ਨਾ ਖਾਓ, ਤੁਹਾਨੂੰ ਬਾਬਾ ਤਲਿਆ ਹੋਇਆ ਨਾ, ਤੁਹਾਨੂੰ ਬਾਬਾ ਸੀਰ ਹੋ ਨਹੀਂ ਸਕਦੀ ਦੁਬਾਰਾ ਜੀ। ਮੈਂ ਕਹਿੰਦਾ ਚਾਹੇ ਇੱਕ ਵਾਰ ਦਵਾਈ ਲੈ ਲਓ, ਤੁਹਾਨੂੰ ਮੁੜ ਕੇ ਬਾਬਾ ਸੀਰ ਹੋ ਕੇ ਦਿਖਾਵੇ, ਇਹ ਇਕੱਲੇ ਬਾਬਾ ਸੀਰ ਵਾਸਤੇ ਨਹੀਂ, ਇਹ ਤੁਹਾਨੂੰ ਅੰਦਰ 50 ਬਿਮਾਰੀਆਂ ਹੋਰ ਲਾਉਂਦੇ ਨੇ। ਜਿਹੜੀ ਕਬਜ਼ਾ ਆ, ਜਿੰਨੇ ਰੋਗਾਂ ਦੀ ਗੱਲ ਕਰਦੇ ਹਾਂ ਆਮ ਤੌਰ 'ਤੇ ਬਿਨਾਂ ਆਪਰੇਸ਼ਨ ਵਾਲੇ, ਉਹ ਸਾਰੇ ਰੋਗ ਕਬਜ਼ ਤੋਂ ਹੀ ਹੁੰਦੇ ਨੇ। ਅੱਛਾ, ਅੱਗੇ ਜੇ ਚੱਲੀਏ ਤਾਂ ਆਪਾਂ ਅੱਜ ਕੱਲ੍ਹ ਤੁਸੀਂ ਵੀ ਡਾਕਟਰ ਸਾਹਿਬ ਜਾਣਦੇ ਹੋ ਪੂਰਾ, ਤੁਹਾਡੇ ਕੋਲ ਵੀ ਪੇਸ਼ੈਂਟਸ ਆਉਂਦੇ ਨੇ ਬੜੀ ਦੂਰ ਦੂਰ ਤੋਂ, ਕਿ ਬੱਚਿਆਂ ਦੇ ਵਿੱਚ ਇਹ ਪ੍ਰੋਬਲਮ ਬਹੁਤ ਜ਼ਿਆਦਾ ਵਧਣ ਲੱਗ ਗਈ। ਡਰਦਾ ਬੱਚਾ ਘਰੇ ਗੱਲ ਨਹੀਂ ਕਰਦਾ, ਡਰਦਾ ਬੱਚਾ ਮਾਂ ਪਿਓ ਤੋਂ ਲੁਕੋ ਲੈਂਦਾ ਕਿ ਮੈਨੂੰ ਮੰਮੀ ਆਹ ਪ੍ਰੋਬਲਮ ਆ ਰਹੀ ਆ, ਗੁਪਤ ਰੋਗਾਂ ਦੀ ਜਿਹੜੀ ਪ੍ਰੋਬਲਮ ਆ ਉਹ ਇੰਨੀ ਜ਼ਿਆਦਾ ਵੱਧ ਗਈ, ਇਹਦਾ ਕਾਰਨ ਕੀ ਹੈ? ਕਿਉਂਕਿ ਕਦੇ ਪਹਿਲਾਂ ਸੁਣਿਆ ਨਹੀਂ ਸੀ, ਸਾਡੇ ਬਾਪ ਦਾਦਿਆਂ ਦੇ ਵਿੱਚ ਪੁਰਖਿਆਂ ਦੇ ਵਿੱਚ ਵੀ ਇਹ ਚੀਜ਼ਾਂ ਕਦੇ ਵੱਧਦੀਆਂ ਹੁੰਦੀਆਂ ਸੀਗੀਆਂ, ਅੱਜ ਇੰਨਾ ਵੱਧ ਗਿਆ, ਕੀ ਕਾਰਨ ਹੈ? ਗੁਰਪ੍ਰੀਤ ਜੀ, ਇਹਦਾ ਕਾਰਨ ਕੀ ਆ? ਇਹਦਾ ਮੁੱਖ ਤੌਰ 'ਤੇ ਕਾਰਨ ਇਹ ਆ, ਫਿਰ ਉਹੀ ਗੱਲ ਆ ਗਈ ਖਾਣ ਪੀਣ ਦੀ। ਜਿਹੜਾ ਆਪਣਾ ਖਾਣ ਪੀਣਾ ਜਾਂ ਰਹਿਣ ਸਹਿਣ ਆ, ਉਹ ਆਪਣਾ ਅੱਜ ਕੱਲ੍ਹ ਬਨਾਵਟੀ ਜ਼ਿਆਦਾ ਹੋ ਗਿਆ। ਆਪਾਂ ਕੁਦਰਤੀ ਚੀਜ਼ਾਂ ਖਾਣ ਤੋਂ ਹਟ ਗਏ। ਆਹ ਤੁਸੀਂ ਕਿਸੇ ਬੱਚੇ ਨੂੰ ਦੋ ਬੇਸਣ ਦੀ, ਚਲੋ ਬੇਸਣ ਦੀ ਬਰਫੀ ਬਣਾ ਕੇ ਦੇ ਦਿਓ, ਜਾਂ ਛੋਲੇ ਤੁਸੀਂ ਉਹਨੂੰ ਭਿਉਂ ਕੇ, ਜਿਵੇਂ ਅੱਗੇ ਆਪਣੀਆਂ ਮਾਈਆਂ ਆਪਾਂ ਨੂੰ ਛੋਲੇ ਉਬਾਲ ਕੇ ਦਿੰਦੀਆਂ, ਅਤੇ ਲੂਣ ਜਿਹਾ ਭੁੱਕ ਕੇ ਵੀ ਖਾ ਲਓ। ਅੱਜ ਕੱਲ੍ਹ ਛੋਲੇ ਦਾ ਕਿਸੇ ਅੰਦਰੋਂ ਨਿਕਲਦੇ ਹੈ ਨਹੀਂ, ਉਹਨੂੰ ਕਹਿ ਦਿਓ ਵੀ ਬਰਗਰ
ਤੇ ਉਹਨੂੰ ਮੈਦੇ ਨੂੰ ਟੁੱਟ ਕੇ ਪੈਂਦੇ ਨੇ ਤੇ ਉਹਦੇ ਨਾਲ ਕੀ ਆ ਤੇ ਉਹਦਾ ਪੇਟ ਖਰਾਬ ਹੁੰਦਾ ਪੇਟ ਖਰਾਬ ਹੋਣ ਅੰਦਰ ਗਰਮੀ ਪੈਂਦੀ ਆ ਗਰਮੀ ਪੈ ਤੇ ਜਿਹੜੀ ਉਹ ਕਮਜ਼ੋਰੀ ਆ ਉਹ ਸਟਾਰਟ ਹੁੰਦੀ ਆ ਦੂਜਾ ਕਾਰਨ ਆ ਨਸ਼ੇ ਨਸ਼ੇ ਨੇ ਜਿਹੜੇ ਉਹ ਨਸ਼ੇ ਆਪਣੇ ਪੰਜਾਬ ਦੇ ਵਿੱਚ ਨਹੀਂ ਆਪਣੇ ਦੁਨੀਆ 'ਚ ਵੱਧ ਗਏ ਮੈਂ ਪੰਜਾਬ ਦੀ ਇਕੱਲੇ ਦੀ ਗੱਲ ਨਹੀਂ ਕਰਦਾ ਉਹ ਦੁਨੀਆ 'ਚ ਨਸ਼ੇ ਇੰਨੇ ਵੱਧ ਗਏ ਜਿਹੜੇ ਕੈਮੀਕਲ ਨਸ਼ੇ ਨੇ ਦੇਖੋ ਫੀਮ ਭੁੱਕੀ ਜਾਂ ਅੱਗੇ ਪਹਿਲਾਂ ਹੁੰਦੇ ਸੀ ਆਪਣੇ ਇਹ ਦੋ ਇਹ ਰਵਾਇਤੀ ਨਸ਼ੇ ਸੀ ਜਾਂ ਇੱਕਾ ਦੁੱਕਾ ਮਾੜੇ ਮੋਟੇ ਦਾਰੂ ਕੱਢ ਲੈਂਦੇ ਜਾਂ ਦਾਰੂ ਪੀ ਲੈਂਦੇ ਸੀ ਇਹਨਾਂ ਦੇ ਨਾਲ ਕੋਈ ਐਡੀਆਂ ਜ਼ਿਆਦਾ ਪ੍ਰੋਬਲਮਾਂ ਨਹੀਂ ਕ੍ਰੀਏਟ ਹੁੰਦੀਆਂ ਸੀ ਹੁਣ ਕੀ ਆ ਹੁਣ ਹੋਮ ਮੇਡ ਕਹਿ ਲਓ ਜਾਂ ਕਹਿ ਲਓ ਵੀ ਆਪ ਨਸ਼ੇ ਬਣਾਉਣ ਲੱਗ ਗਏ ਲੋਕ ਹਾਂ ਲੈਬੋਰਟਰੀ ਮੇਡ ਨਸ਼ੇ ਕਹਿ ਲਓ ਹੈ ਨਾ ਲੈਬੋਰਟਰੀ ਮੇਡ ਨਸ਼ੇ ਬਣਨ ਲੱਗ ਗਏ ਜਿਹੜੇ ਲੈਬੋਰਟਰੀ ਮੇਡ ਨਸ਼ੇ ਨੇ ਉਹ ਤੁਹਾਡੇ ਕਿਤੇ ਨਾ ਕਿਤੇ ਜਿਹੜਾ CNS ਸਿਸਟਮ ਆ ਸੈਂਟਰ ਨਰਵਸ ਸਿਸਟਮ ਆ ਉਹਨੂੰ ਡਿਸਟਰਬ ਕਰਦੇ ਨੇ ਉਹਨੂੰ ਡਿਸਟਰਬ ਕਰਨ ਦੇ ਨਾਲ ਥੋੜ੍ਹਾ ਸਟ੍ਰੈਸ ਲੈਵਲ ਵੱਧਦਾ ਸਟ੍ਰੈਸ ਲੈਵਲ ਵਧਣ ਦੇ ਨਾਲ ਵੀ ਤੁਹਾਨੂੰ ਜਿਹੜੀ ਇਹ ਕਮਜ਼ੋਰੀ ਆ ਉਹ ਆਉਂਦੀ ਆ ਅੱਛਾ ਇੱਕ ਡਾਕਟਰ ਸਾਹਿਬ ਇੱਥੇ ਇੱਕ ਚੀਜ਼ ਮੈਂ ਜ਼ਰੂਰ ਪੁੱਛਣੀ ਚਾਹੂੰ ਕਿਉਂਕਿ ਕਾਫੀ ਵੈਦ ਕਾਫੀ ਡਾਕਟਰ ਜਿਹੜੇ ਨੇ ਉਹ ਇਹ ਕਹਿ ਕੇ ਦਵਾਈ ਦੇ ਦਿੰਦੇ ਨੇ ਵੀ ਭਾਈ ਇਹਦੇ ਵਿੱਚ ਸੋਨ ਭਸਮ ਇੰਨੀ ਹੈ ਇਹਦੇ ਵਿੱਚ ਚਾਂਦੀ ਭਸਮ ਜਿਹੜੀ ਆ ਉਹ ਇੰਨੀ ਪਾ ਕੇ ਦਿੱਤੀ ਹੋਈ ਹੈ ਇੰਨੀ ਮਹਿੰਗੀ ਆ ਭਾਈ ਇੰਨੀ ਮਹਿੰਗੀ ਦਵਾਈ ਬਣੂਗੀ ਹਾਲਾਂਕਿ ਉਹਦੇ ਵਿੱਚ ਪਾਈ ਵੀ ਨਹੀਂ ਹੁੰਦੀ ਇਹ ਕਿਤੇ ਇਹ ਕੰਪਲੇਂਟ ਇਹ ਡਾਕਟਰ ਮੈਂ ਕਹਿੰਦਾ ਚਾਲ ਕੋਲ ਤਾਂ ਨਹੀਂ ਆਉਂਦੀ ਦੇਖੋ ਜੀ ਜਿਹੜਾ ਸੋਨਾ ਹੈ ਮੈਂ ਤੁਹਾਨੂੰ ਪਹਿਲਾਂ ਉਸੇ 6,500-7,000 ਰੁਪਏ ਦੀ ਅੱਧਾ ਗ੍ਰਾਮ ਉਹ ਸਵਰਨ ਭਸਮ ਜੇ ਡਾਕਟਰ ਚਹਿਲ ਕੋਲ ਕਹਿ ਲਓ ਵੀ ਆਪਾਂ ਕਹੀਏ ਵੀ 5,000 ਵਿੱਚ ਡਾਕਟਰ ਚਹਿਲ ਸਾਨੂੰ ਸੋਨਾ ਪਾ ਕੇ ਦੇ ਦੂਗਾ ਉਹ ਝੂਠ ਬੋਲਦਾ ਫਿਰ ਕਹਿ ਨਹੀਂ ਸਕਦੇ ਪਰ ਸੋਨਾ ਨਹੀਂ ਪਾ ਸਕਦਾ ਚਾਹੇ ਮੈਂ ਵੀ ਹੋਵਾਂ ਠੀਕ ਹੈ ਅਗਲਾ ਆਪਣੇ ਪੇਸ਼ੈਂਟ ਬਣਾਉਣ ਦਾ ਮਾਰਾ ਜਾਂ ਕਹਿ ਲਓ ਮਰੀਜ਼ ਨੂੰ ਮੂਰਖ ਬਣਾਉਣ ਦਾ ਮਾਰਾ ਕਹਿ ਦੇ ਵੀ ਇਹ ਸੋਨਾ ਪਾਇਆ ਲੋਕਾਂ ਨੇ ਉਹ ਹਰ ਇੱਕ ਮਰੀਜ਼ ਨੂੰ ਸੋਨੇ ਦੀ ਗੁਰਪ੍ਰੀਤ ਜੀ ਲੋੜ ਵੀ ਨਹੀਂ ਹੁੰਦੀ ਮੇਰੇ ਕੋਲ ਮਰੀਜ਼ ਉਰੇ ਆਉਂਦੇ ਨੇ ਮੈਂ ਬਹੁਤ ਘੱਟ ਰੇਅਰ ਚਾਂਸ ਨੇ ਬਜ਼ੁਰਗ ਨੂੰ ਕਿਸੇ ਨੂੰ ਜਾਂ ਕੋਈ ਲੰਬਾ ਸਮਾਂ ਬਿਮਾਰੀ ਤੋਂ ਬੈੱਡ 'ਤੇ ਪਿਆ ਰਿਹਾ ਹੋਵੇ 2-3 ਸਾਲ 6 ਮਹੀਨੇ ਕੋਈ ਕੋਮਾ 'ਚ ਰਹਿ ਗਿਆ ਜਾਂ ਕਿਸੇ ਲੰਬੀ ਬਿਮਾਰੀ ਨਾਲ ਲੜ ਕੇ ਆਇਆ ਉਹ ਜਾਂ ਉਹ ਬੰਦਾ ਅਫੋਰਡ ਕਰ ਸਕਦਾ ਉਹਨੂੰ ਮੈਂ ਜ਼ਰੂਰ ਰਿਕਮੈਂਡ ਕਰ ਦਿੰਦਾ ਵੀ ਤੁਸੀਂ ਜਿਹੜੀਆਂ ਭਸਮ ਵਾਲੀ ਦਵਾਈਆਂ ਲੈ ਲਓ ਨਹੀਂ ਮੈਂ ਕਹਿੰਦਾ ਵੀ ਤੁਸੀਂ ਯਾਰ ਤੁਹਾਨੂੰ ਇੰਨੇ ਪੈਸੇ ਲਾਉਣ ਦੀ ਲੋੜ ਨਹੀਂ ਜਾਂ ਕਿ ਮੇਰਾ ਤਾਂ ਕੋਈ ਨੁਕਸਾਨ ਨਹੀਂ ਹੋਣਾ ਮੈਨੂੰ ਤਾਂ ਫਾਇਦਾ ਹੀ ਹੋਣਾ ਜਿੰਨੇ ਅਗਲਾ ਮੈਂ ਤਾਂ ਮੈਨੂੰ ਤਾਂ ਜਿੰਨੇ ਪੈਸੇ ਵੱਧ ਲਊਂਗਾ ਉਨੇ ਪੈਸੇ ਵੱਧ ਬਚਣਗੇ ਉਨੇ ਕਹਿ ਲਓ ਵੀ ਉਨਾ ਹੀ ਪਰਸੈਂਟੇਜ ਮੇਰੀ ਵੱਧ ਜਾਣੀ ਆ ਪਰ ਸੋਨਾ ਹੋ ਗਿਆ ਸਿੱਧ ਮਗਰਤਬਾ ਸਪੈਸ਼ਲ ਹੋ ਗਈ ਬਸੰਤ ਕੁਸਮਾਕਰ ਰਸ ਹੋ ਗਏ ਡਾਕਟਰਾਂ ਨੇ ਕੀ ਕਰੇ 4-5 ਗੱਲਾਂ ਰਟੀਆਂ ਹੋਈਆਂ ਨੇ ਉਹੀ ਗੱਲਾਂ ਬੋਲੀ ਜਾਂਦੇ ਨੇ ਮਰੀਜ਼ ਨੂੰ ਕਹੀ ਜਾਂਦੇ ਨੇ ਮਰੀਜ਼ ਗੂਗਲ 'ਤੇ ਸਰਚ ਮਾਰਦਾ ਦੇਖਦਾ ਵੀ ਯਾਰ ਇਹ ਤਾਂ ਬਹੁਤ ਤਾਕਤਵਰ ਚੀਜ਼ ਆ ਪਰ ਡਾਕਟਰ 99% ਪਾਉਂਦੇ ਨਹੀਂ ਹੈਗੇ ਹਾਂ ਪਾਉਂਦੇ ਨੇ ਜੇ ਮੈਂ ਤੁਹਾਨੂੰ 50,000 ਰੁਪਈਆ ਲਊਂਗਾ ਤਾਂ ਤੁਹਾਨੂੰ ਸੋਨਾ ਪਾ ਕੇ ਦਊਂਗਾ ਜੇ ਪਾ ਕੇ ਦਊਂਗਾ ਯਾਨੀ ਇਹ ਨਹੀਂ ਹੈਗਾ ਵੀ ਮੈਂ ਤੁਹਾਨੂੰ ਕਹਿਤਾ ਵੀ 2,000 ਰੁਪਏ ਦੀ ਦਵਾਈ ਬਣ ਗਈ ਇਹਦੇ 'ਚ ਤਾਂ ਆ ਵੀ ਪਾਇਆ ਇਹ ਵੀ ਪਾ ਨਹੀਂ ਸਕਦੇ ਤੁਸੀਂ ਰੋਟੀ ਖਾਂਦੇ ਹੋ ਜੀ ਇੱਕ ਬੁਰਕੀ ਨਾਲ ਰਾਜੇਂਗੇ ਉਹ ਤੁਹਾਡੇ ਲਿਵਰ ਨੂੰ ਕਹਿ ਲਓ ਵੀ ਢਿੱਡ ਨੂੰ ਆਪਾਂ ਨਾ ਉਹੀ ਗੱਲ ਇਹ ਆ ਵੀ ਜੇ ਖੁਰਾਕ ਖਾਣੀ ਆ ਪੂਰੀ ਖਾਓ ਜਿਵੇਂ ਸੋਨ ਸਵਰਨ ਭਸਮ ਦੀ ਜਿਹੜੀ ਡੋਜ਼ ਆ ਜਾਂ ਤਾਂ ਪੂਰੀ ਮਾਤਰਾ ਵਿੱਚ ਲਿੱਤੀ ਜਾਵੇ ਤਾਂ ਫਾਇਦਾ ਜੇ ਤੁਸੀਂ ਉਹਨੂੰ ਕਹੋ ਵੀ ਆ ਛਪਾ ਕੇ ਰੱਖ ਲੈਣੀ ਉੱਪਰ ਵੀ 4 ਬੰਦੇ ਨੇ ਦਵਾਈ ਦੇ ਵਿੱਚ 1/2 ਗ੍ਰਾਮ ਦਵਾਈ ਪਾਤੀ ਵੀ ਅਗਲੇ ਨੇ ਟੈਸਟ ਕਰਾ ਲਿਆ ਉਹਦੇ ਵਿੱਚੋਂ ਨਿਕਲ ਆਊਗਾ ਪਰ ਨਿਕਲ ਜ਼ਰੂਰ ਆਊਗਾ ਪਰ ਉਹਦਾ ਰਿਜ਼ਲਟ ਨਹੀਂ ਆਉਣਾ ਆਪਾਂ ਖੇਤੀ ਕਰਦੇ ਹਾਂ ਜੇ ਆਪਾਂ ਖੇਤ ਵਿੱਚ ਰਿਓ ਦਾ ਮੰਨ ਲਓ ਥੈਲਾ ਪੈਣਾ ਹੁੰਦਾ ਜੇ ਉਹਦੇ ਕਹੀਏ ਵੀ 5 ਕਿਲੋ ਪਾ ਲਈਏ ਵੀ ਆਪਣੇ ਫਸਲ ਤਕੜੀ ਹੋ ਜੀ ਫਸਲ ਨਹੀਂ ਤਕੜੀ ਹੁੰਦੀ ਫਸਲ ਜਾਂ ਕਹਿ ਲਓ ਆਪਣੀ ਖੁਰਾਕ ਜਦੋਂ ਨਾਲ ਪੂਰੀ ਨਹੀਂ ਹੁੰਦੀ ਉਨਾ ਚਿਰ ਆਪਾਂ ਨੂੰ ਰਿਜ਼ਲਟ ਨਹੀਂ ਮਿਲਦਾ ਠੀਕ ਆ ਮੇਰੀ ਵੈਦਾਂ ਨੂੰ ਵੀ ਬੇਨਤੀ ਆ ਵੀ ਤੁਸੀਂ ਆਪਣੀ ਦਵਾਈ ਦੇ ਜਿੰਨੇ ਮਰਜ਼ੀ ਪੈਸੇ ਲਵੋ ਪਰ ਕਿਰਪਾ ਕਰਕੇ ਝੂਠ ਬੋਲ ਕੇ ਪੈਸੇ ਨਾ ਲਵੋ ਜਿੰਨੇ ਲੈਣੇ ਆ ਉਨੇ ਲੈ ਲਓ ਪਰ ਮਰੀਜ਼ ਨੂੰ ਜਿਹੜਾ ਦਿੰਦੇ ਹੋ ਉਹ ਸਹੀ ਤਰੀਕੇ ਨਾਲ ਦੱਸੋ ਵੀ ਭਾਈ ਅਸੀਂ ਇਹਦੇ ਵਿੱਚ ਆਹ ਕੁਛ ਪਾਇਆ ਸੋਨਾ ਮੈਂ ਕਹਿੰਦਾ ਮੈਂ ਕਦੇ ਵੀ ਨਹੀਂ ਕਹਿੰਦਾ ਹਾਂ ਮੈਂ ਮਸਾਂ ਮਹੀਨੇ 'ਚ ਸਾਡੀ ਇੱਕ ਅੱਧੀ ਦਵਾਈ ਕਈ ਵਾਰ 2-2 ਮਹੀਨੇ ਵੀ ਨਿਕਲ ਜਾਂਦੇ ਨੇ ਸੋਨੇ ਵਾਲੀ ਦਵਾਈ ਬਣਾਉਣ ਨੂੰ ਉਹ ਇੰਨਾ ਬਣਾਉਂਦੇ ਨਹੀਂ ਜਿਹਨੂੰ ਲੋੜ ਹੁੰਦੀ ਆ ਸੈਂਕੜਿਆਂ 'ਚੋਂ ਇੱਕ ਅੱਧਾ ਮਰੀਜ਼ ਹੁੰਦਾ ਉਹਨੂੰ ਦਵਾਈ ਬਣਾ ਕੇ ਸੋਨੇ ਵਾਲੀ ਦਿੰਦੇ ਹਾਂ ਨਹੀਂ ਅਸੀਂ ਸਿੰਪਲ ਦਵਾਈਆਂ ਦੇ ਨਾਲ ਹੋਰ ਭਸਮਾਂ ਬਹੁਤ ਨੇ ਬੰਗ ਭਸਮਾਂ ਕਿੰਨਾ ਕੁਛ ਆ ਕਾਮ ਚੁੜਾਮਣੀਆਂ ਅਤੁਲਦਾਤਾ ਸ਼ਕਤੀ ਯੋਜਾ ਯੋਗਾ ਮਕਰਤਵਾ ਜਾ ਬਸੰਤ ਕੁਸਮਾਕਰ ਆਸਾ ਜਾਂ ਤੁਸੀਂ ਆ ਜੜੀਆਂ ਬੂਟੀਆਂ ਦੇਖ ਸਕਦੇ ਹੋ ਜਿਵੇਂ ਕੌਂਚ ਬੀਜ ਹੋ ਗਏ ਮੂਸੜੀ ਹੋ ਗਈ ਪੱਕੜਾ ਹੋ ਗਿਆ ਸ਼ਤਾਵਰ ਹੋ ਗਿਆ ਵਧਾਰੀ ਕੰਧ ਹੋ ਗਿਆ ਹੈ ਨਾ ਅਤੇ ਹੋਰ ਇਹਦੇ ਵਿੱਚ ਕਈ ਅਸੀਂ ਦਵਾਈਆਂ ਜਿਹੜੀਆਂ ਪਾਉਂਦੇ ਹਾਂ ਅਸੀਂ ਉਰੇ ਦਵਾਈਆਂ ਘੱਟ ਤਾਂ ਰੱਖੀ ਹੋਈਆਂ ਨੇ ਉਹ ਸਾਡਾ ਕਾਰਖਾਨਾ ਅਲੱਗ ਆ ਉਰੇ ਸਿਰਫ ਅਸੀਂ ਸਾਰੀਆਂ ਆਪ ਤਿਆਰ ਕਰਦੇ ਹੋ ਘਰੇ ਨਹੀਂ ਜੀ ਜਿਹੜੀਆਂ ਇਹ ਦਵਾਈਆਂ ਨੇ ਇਹ ਦਵਾਈਆਂ ਆਉਂਦੀਆਂ ਬਣੀਆਂ ਬਣਾਈਆਂ ਅਸੀਂ ਪੰਸਾਰੀ ਤੋਂ ਲੈਂਦੇ ਹਾਂ ਠੀਕ ਹੈ ਇਹ ਵੀ ਹੁਣ ਜਿਵੇਂ ਮਕਰਤਵਾਜ ਬੱਟੀ ਹੋ ਗਈ ਜਾਂ ਸਵਰਨ ਭਸਮ ਹੋ ਗਈ ਜਾਂ ਇਹ ਸਾਰੀਆਂ ਦਵਾਈਆਂ ਇਹ ਬੈਦਨਾਸ ਕੰਪਨੀ ਦੀਆਂ ਆਉਂਦੀਆਂ ਨੇ ਸਾਡਾ ਕੀ ਆ ਅਸੀਂ ਇਹਨੂੰ ਰਗੜ ਕੇ ਰਗੜ ਕੇ ਪੀਸ ਕੇ ਦੇ ਜਾਣੀਆਂ ਨੇ ਅਤੇ ਉਹ ਆਪਣਾ ਜਿਹੜਾ ਮਰੀਜ਼ ਨੂੰ ਪੀਸਣ ਦਾ ਗੱਲ ਕੀ ਪੀਸ ਤੁਸੀਂ ਵੀ ਸਕਦੇ ਹੋ ਗੱਲ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਕਿੰਨੀ ਮਾਤਰਾ 'ਚ ਕਿਹੜੀ ਦਵਾਈ ਪੈਣੀ ਹੈ ਅੱਛਾ ਕਦੇ ਡਾਕਟਰ ਸਾਹਿਬ ਆਏ ਹੋਏ ਵੀ ਤੁਹਾਡੇ ਕੋਲ ਮਰੀਜ਼ ਬਹੁਤ ਆਉਂਦੇ ਨੇ ਬੜੀ ਦੂਰ ਦੂਰ ਤੋਂ ਬਾਹਰ ਵੀ ਤੁਹਾਡੀਆਂ ਮੈਂ ਸੁਣਿਆ ਦਵਾਈਆਂ ਜਾਂਦੀਆਂ ਨੇ ਇੱਥੋਂ
फॉरन दे विच ते जिहड़े मरीज कदे किसे एक मरीज दी कंप्लेंट आई है भी डॉक्टर साहब मैं तो तुहाडे तों इन्नी दी दवाई लै ली सी ते मैनूं जिहड़ा इलाज तो संतुष्टि नहीं हुई मैनूं कदे आराम नहीं मिले। देखो जी हुण तां नहीं आउंदी हुण तां परमात्मा दी कृपा नाल बहुत रेयर चांस ने। स्टार्टिंग टाइम जदों मैं काम स्टार्ट करिया 2000 दे विच उदों माड़ी मोटी जरूर आउंदी रही आ। जिवें आपां पहलां गल करदे आ मर्दां ते गुप्त ते औरतां दे गुप्त रोगां दी एक की है तीन प्रकार के नाल अपना जिहड़ा आपां नूं कमजोरी आउंदी आ। एक तां आउंदी आ मेदे दी अपने अंदर गर्मी पई होवे, दूजा अपने स्ट्रैस, तीजी कमजोरी आ जिहनूं ताकत की दवाई की लोड़ पैंदी आ। अदरवाइज पहला मैं चलो स्टार्टिंग टाइम कई बार ध्यान ना देना या थोड़ा जिहा बंदा मतलब भी तजर्बे नाले बंदे नूं अकल आउंदी आ उस टाइम असीं मैं ताकत की दवाई ते जोर ला दिया करना, ताकत की दवाई ते जोर ला दिया करना। मरीज़ नूं ताकत की दवाई की लोड़ कई बार नहीं हुंदी सी, उहनूं मैंटली स्ट्रैस हुंदी सी ते उह डिप्रैशन विच गया हुंदा सी ते उहनूं चाहे तुसीं सोना भी खिला दो तां वी उहने ठीक नहीं होना। गल की है जब तुसीं उहदी प्रोपर तुहानूं डायग्नोस हो गया तुहानूं पता लग गया भी इहदी बीमारी काहते हाँ जड़ फड़ेगी इलाज ज़्यादा हुंदा है। जे तुसीं बिना जा कह लो भी जड़ दे इलाज करेंगे तुहाडा इलाज सही नहीं होना। ते एक हुण तां तुसीं कह के इलाज करदे हो पूरा भी शर्तियां नाल ठीक करके बंदे नूं घरे भेजा। बिल्कुल जी, इह तां परमात्मा की कृपा है 20 साल हो गए गुरप्रीत जी अपने काम करदिआं नूं ते अज हर एक चीज़ का पता लगा पता है भी किहड़ी चीज़ ने नफा करना है किहने नुकसान करना है। मरीज नाल गल्लां बातां करके उहदी हिस्टरी तों पता लग जांदा भी इहनूं की चाहीदा है ते उस करके असीं गरंटी दिंदे आ भी हुण अगला अगे की अगला कहिंदा यार जिहड़ी आयुर्वेदिक दवाई आ भी असर लेट शुरू करती आ। जे किसी नूं दवाई छेती असर करती अगला इन्हें गोलियां कुटियां हुई ने बिच मैं नहीं चाहे कोई मैं वैद हाँ चाहे कोई होर हाँ। देखो जी मैं थोड़ा सहमत हाँ भी 70-80% लोग गोलियां भी कुटते हैं पर जे पेशेंट पैसे लाउंदा है देखो किसी डॉक्टर ने कोलों नहीं थोड़ा देना इलाज करके ये सच्ची गल आ। जिन्ना मर्जी अगला कही जाए मैं तो कुछ नहीं बचाया बिना बचाने के कड़ा अगला दिता किसी करके थोड़ी थोड़ी दवाइया के नहीं एक चीज़ आँगी भी जी दवाइया कुट के दें भी वेद नहीं कोई कैमिकली मेड जी आप कह सकते एलोपैथी की दवाई कुट के पाई गई होंगी भी ताकि छेती असर हो जाए कदम इदा की कंप्लेट तो नहीं नहीं कंप्लेट तो एक बस रही अभी कदम पाई हो नहीं जी असी कदम काम नहीं कर गोलियां अंग्रेजी गोलियां देसी तो कुट दें जो हम मकरत भाजपाती पुष्प धनवा रस पाता काम चुड़ामणी रस पाती मनवंत पाता जो होर कई साड़ियाँ दवाइया आदि ने ना स्वर्ण बंग ना सॉरी बंग भसम हो गई जो बीमारी के रिलेटड कोई भी दवाई वो जरूर पाने वो गोलियां ही ने वो कई बार रगड़दियां रगड़ के देने को जी कोई भी देसी गोली आ जे चब के आप पाउडर बना के लेंगे वह रिजल्ट आपको छेती मिलता है। डॉक्टर साहब जो मान लो कल कोई पेशेंट या कल कोई जो दर्शक देख रहा है वह कह दे मैं तो भाई डॉक्टर चाल की जी दवाई लैबोरेटरी टैसट करवानी है लैबोरेटरी टैसट भी जरूर करावे साड़ी दवाई तो मैं तो इन कहना भी सानू जी अगला साढ़े कहते अपनी दवाई पर खर्चा करता है साढ़े सराहने खड़ के दवाई बना लवे सानू उतराज नहीं कोई तुम मैं थो तो फीस ले ली अपनी कोई ओला नहीं भी सानू अगला कह भी साड़ी अखा मूहरे दवाई बना वो भी बनाने तैयार हो असी अखा मूहरे दवाई बनाएंगे जी अगले दे ठीक है असी अपनी फीस ले ली जिहड़ा 10-20% अपना बचाना है वह बचा लिया सानू कोई इतराज नहीं अगला सराहने खड़ के दवाई बना लवे अपनी। अच्छा दर्शकों हुण बहुत उड़ीक है भी किस तरीके दे नाल संपर्क किया जाए अपना नंबर जरूर दस दिओ ते प्रोपर एड्रैस जरूर दस दिओ ताकि जे नैविगेशन ते भी दर्शक आउंदे ने मोटरसाइकिल ते आउंदे ने गड्डी च आउंदे ने किस तरीके दे नाल तुहाडे तक पहुँच कर सकन अपना नंबर ते एड्रैस जरूर दस। बिल्कुल जी साडा नंबर जिहड़ा 97819 97 9781928100 ते साडा एड्रैस आ मोहाली जिहड़ा डिस्ट्रिक्ट कोर्ट कंपलैक्स आ उहदे नाल राजा अगरसैन सोसायटी आ उहदे विच बी ब्लॉक दे विच 604 नंबर फ्लैट आ साडा जिवें साडी क्लीनिक बनी हुई आ ते बहुत सौखा है जिधर सोहाणे वाले पासिओं आउणे आ सॉरी इधरों लखनौर दे पिंड दे बिल्कुल नेड़े पै जांदी आ कोर्ट कंपलैक्स कोई मर्जी लभ लवे साडा बहुत कह लो भी सौखा है पता है मरीज़ नूं लभण वास्ते कदे अखाई नहीं महसूस होई। अच्छा जिहड़े दर्शक देख रहे हैं कॉन्टैक्ट करना चाहणगे तो कि समा जरूर दस दिओ क्योंकि काफ़ी हुण फोन कॉल्स आउणगे तुहानू तो कि समा आ भी जो तुहानू थोड़े नाल गलबात कर सकण। बिल्कुल जी मेरी ये जरूर दर्शकों नूं बेनती आ जिहड़ा सानू फोन करना है देखो सवेरे हुण गर्मी करके जिहड़े मरीज ने सवेर शाम ज़्यादा आउंदे ने दिन च अगला घरों निकल के राजी नहीं उह सवेरे कई बार प्रॉब्लम की होंदी आ सानू फोन आउंदे ने सातों फोन नहीं चक आउंदा सातों तुहाडे कोल पेशेंट नाल असीं जे तां साडा कम्म इह है जे है
जे सही ढंग हिस्टरी लेंगे मरीज़ की तो मरीज़ ने ठीक होना, जब बिच घंटियां बजी जांदियां ने तां गल नहीं बनती। तो मेरी ये जरूर बेनती है जे सीधी मेरे नाल गल करनी आ तां उह 11 12 बजे दे बाद दुपहर नूं फोन करो, डायरैक्ट मेरे नाल गल होगी। तो नहीं कई बार साडा जिहड़े मेरा मुंडा मेरे नाल आ मेरा असिस्टेंट आ उह फोन चकदा तो उहदे नाल तुसीं गल कर सकदे हो, उह तुहानूं एड्रैसे समझा सकदा, तुहाडी बीमारी बारे तुहानूं चंगी तरह चानणा नहीं पा सकदा। उह तो साडा फेसबुक पेज आ MNC के नाँ ते, इंस्टाग्राम आ तुसीं उहदे नाल भी जुड़ सकदे हो, सानू मैसेंजर भी कर सकदे हो। अपना एक जरूर मेरी बेनती है, साडा फोन अजी नहीं चकते सानू वट्सएप ते मैसेज छड्ड दो, असी फोन कॉल तकरीबन असी जब फ्री होंगे असी फोन आप कर लें। बहुत बहुत धन्यवाद डॉक्टर साहब, तुसीं अपना कीमती समय दिता। सो दोस्तों आ तुसीं वेखो, ये ओह गोलियां ने, मैं कल परसों ही हजे बस दे विच सफ़र कर रहा सी अपनी टीम दे नाल, ते ए गोलियां देख के मैं तां ही ये सवाल किया सी डॉक्टर साहब नूं, ये ओह गोलियां ने जिहड़ियां बसां दे विच बड़े आम तौर पर वेचियां जांदियां ने बहुत सस्ते रेटां ते, ये कह के वेचियां जांदियां ने कि जिहड़ी शब्दावली शायद असी ऑन कैमरा तुहाडे नाल सभ्यक भाषा दे विच असी सांझी भी नहीं कर सकते क्योंकि सभ्यक भाषा हुंदी नहीं। पर अज डॉक्टर साहब ने, गुरमुख चाल जी ने ये चीज़ सानू दखी दसी है कि किस तरीके दे नाल गरंटी दे के जिहड़ी है ये दवाई दिंदे ने ते पेशेंट नू इत्थों तुरदा फिरदा मैं कह सकदा वी घोड़े वांग खड़ा करके वापस करे भेजदे ने। उम्मीद करना वीडियो चंगी लगी होगी, तुहाडी टीवी स्क्रीनस ते नंबर फ्लैश हो रहे होणगे, डॉक्टर साहब दे एड्रैस तुहानू प्रॉपर दसता आ, संपर्क करके तुसीं इहनां तक राबता कर सकदे हो, अपनी जिहड़ी जिन्नी भी प्रॉब्लम ने उहनां नू पुछ के इहनां तों समाधान लै सकदे हो। किसे तरीके दे नाल इस प्रॉब्लम तों डॉक्टर साहब मैं इन्ने लंबे समय तों जूझ रहा किवें ठीक कीता जा सकदा है। उम्मीद करदे हां वीडियो चंगी लगी होगी, वीडियो नू शेयर कर दिओ, हो सकदा तुहाडे एक शेयर दे नाल जिहड़ा एक बंदा पता नहीं किन्ने लंबे समय तों इह बवासीर तों जां होर बीमारियां तों जिहड़ा जूझ रहा होऊगा वो तुहाडी इस वीडियो दे शेयर करन नाल उहदे तक वीडियो पहुँच गई ते हो सकदा उहनू दवाई खाण दे नाल आराम आ जाए। उम्मीद करता वीडियो चंगी लगी होगी, वीडियो वध-वध शेयर कर दो, असीं होर वीडियोज़ समय समय सिर तुहाडे तक सांझी करदा रहूँगा। तद तक लई मैनू यानी कि गुरप्रीत सिंह बल्लू दी इजाजत, ते वेखदे रहो पंजाब न्यूज़। धन्यवाद।